ਦੇ ਟੀ ਪਿੰਡ ਦੇ ਸਰਪੰਚ ਸਾਹਿਬ ਸ਼੍ਰੀ ਕਰਮਚੰਦ ਜੀ ਵੀ ਸਾਨੂੰ ਸਾਡੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਬਖਸ਼ਦੇ ਪਏ ਨੇ। ਅਸੀਂ ਧੰਨਵਾਦ ਕਰਦੇ ਵਿੱਚ ਇਹਨਾਂ ਨੇ ਕੀਮਤੀ ਖਜ਼ਾਨਿਆਂ ਦੇ ਵਿੱਚੋਂ ਸਾਨੂੰ ਇੱਡੇ ਵੱਡੇ ਮਾਨ ਬਖਸ਼ੇ ਨੇ। ਕਹਿੰਦੇ 100-100 ਦੇ ਨਹੀਂ, ਪੂਰੇ ਲੱਖ-ਲੱਖ ਰੁਪਏ ਦੇ ਮਾਨ ਬਖਸ਼ੇ ਨੇ ਮੇਰੇ ਬਾਬਾ ਕੁੱਟੀ ਵਾਲੇ ਮਹਾਰਾਜ। ਇਹਨਾਂ ਨੂੰ ਖੁਸ਼ ਤੰਦਰੁਸਤ ਰੱਖੇ ਮੇਰਾ ਵੀਰ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਕਰਮਚੰਦ ਜੀ ਹੁਣਾਂ ਦਾ, ਜਿਹਨਾਂ ਨੇ ਬਹੁਤ ਵੱਡੇ ਵੱਡੇ ਮਾਨ ਬਖਸ਼ੇ ਨੇ, ਸਰਪੰਚ ਸਾਹਿਬ ਮੋਹਨ ਲਾਲ ਜੀ ਹੁਣਾਂ ਦਾ, ਵਿਜੇ ਕੁਮਾਰ ਜੀ ਹੁਣਾਂ ਦਾ, ਅਸੀਂ ਧੰਨਵਾਦ ਕਰਦੇ ਹਾਂ। ਸੋਨੂੰ ਧਲੇਤਾ ਅਖਾੜੇ ਵਿੱਚ ਆ ਜਾ ਬਈ, ਸੋਨੂੰ ਧਲੇਤਾ ਅੰਗਰੇਜ਼ ਤੋਂ ਜਿਹੜੀ ਸੋਨੂੰ ਜੀ ਇੱਕ ਮਿੰਟ ਅਖਾੜੇ ਵਿੱਚ ਆਓ, ਇੱਦਾਂ ਆ ਜਾਓ ਅਖਾੜੇ ਚ। ਸੋਨੂੰ ਧਲੇਤਾ ਹੈ ਤਾਂ ਸਰਸੇ ਦੇ ਧਲੇਤਾ ਜੋੜ ਕਰਦੇ ਨੇ, ਕੁਸ਼ਤੀ ਚੇਂਜ ਕੀਤੀ ਹੈ ਜੀ। ਗੁੰਗਾ ਜੀ ਗੁੰਗੇ ਨੂੰ ਭੇਜੋ ਬਈ, ਗੁੰਗਾ ਲੱਲੀਆਂ ਚੱਲ ਵੇ ਗੁੰਗਿਆ, ਸੋਨੂੰ ਅਖਾੜਾ ਧਲੇਤਾ ਹਾਂਜੀ ਜਲਦੀ ਕਰ ਲਓ। ਸੋਨੂੰ ਜੀ 100 ਰੁਪਏ ਦਾ ਮਾਨ ਸਾਨੂੰ ਗੁਪਤ ਦਾਨ ਸਾਡੇ ਵੀਰ ਜੀ ਸਾਨੂੰ ਬਖਸ਼ਦੇ ਪਏ ਨੇ, ਅਸੀਂ ਧੰਨਵਾਦ ਕਰਦੇ ਹਾਂ। ਢੋਲੀ ਵੀ ਇੱਕ ਮਿੰਟ ਬਈ, ਮੈਂ ਪਹਿਲਾਂ ਅਨਾਉਂਸ ਕੀਤਾ ਸੀ ਕਿ ਮੈਨੂੰ ਇੱਕ ਰੱਤੀ ਭਰ ਵੀ ਜਗ੍ਹਾ ਤੇ ਸ਼ੱਕ ਪਿਆ ਨਾ, ਮੈਂ ਉਹ ਕੁਸ਼ਤੀ ਬਦਲ ਦੇਣੀ, ਸ਼ੱਕ ਹੋ ਗਿਆ ਵੀ ਬਦਲ ਦੇਣੀ ਹੈ। ਤਾੜੀ ਮਾਰੋ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦੋ ਬਈ। ਜਿਹੜੀਆਂ ਚੰਗੀਆਂ ਕੁਸ਼ਤੀਆਂ ਵੱਡੀਆਂ ਕੁਸ਼ਤੀਆਂ ਨੇ, ਥੋੜਾ ਟਾਈਮ ਦਾ ਵੀ ਧਿਆਨ ਰੱਖਣਾ ਔਰ ਲੰਗੋਟੇ ਦਾ ਵੀ ਧਿਆਨ ਰੱਖਣਾ। ਜਲਦੀ ਪਕੜ ਲੰਗੋਟਾ, ਜਲਦੀ ਪਕੜ ਲੰਗੋਟਾ, ਇਹ ਧਿਆਨ ਰੱਖਿਓ ਭਰਾ ਜੀ, ਰੈਫਰੀ ਸਾਹਿਬ ਇਹ ਧਿਆਨ ਰੱਖਣਾ। ਸੁੱਖ ਪਹਿਲਵਾਨ ਬੱਬੇ ਹਾਲੀ ਮੇਰੀ ਆਵਾਜ਼ ਨੂੰ ਸੁਣਦੇ ਹੋਣ, ਮੇਰੀ ਆਵਾਜ਼ ਨੂੰ ਸੁਣਦੇ ਹੋਣ ਤਾਂ ਅਖਾੜੇ ਵਿੱਚ ਆ ਕੇ ਹੱਥ ਜੋੜੀ ਕਰ ਲੈਣ। ਸੁੱਖ ਬੱਬੇ ਹਾਲੀ ਭਿੰਦਰ ਸਮਾਣਾ ਹਲੇ ਹਾਂਜੀ, ਪੀਬੀ 7-70-32 ਗੱਡੀ, 70-32 ਨੰਬਰ ਗੱਡੀ ਦਾ, ਪੀਬੀ 7 ਹੁਸ਼ਿਆਰਪੁਰ ਦਾ ਨੰਬਰ ਹੈ। ਮੇਰੇ ਵੀਰ ਪ੍ਰਵਾਨ ਵੀਰ ਦੀ ਗੱਡੀ ਲੱਗਦੀ ਹੈ, ਜੇ ਮੇਰਾ ਵੀਰ ਸੁਣਦਾ ਪਿਆ ਤਾਂ ਪਲੀਜ਼ ਗੱਡੀ ਸਾਈਡ ਤੇ ਕਰ ਦੇਣਾ। ਪੀਬੀ 7-70-32 ਗੱਡੀ ਦਾ ਨੰਬਰ ਹੈ, ਪਲੀਜ਼ ਗੱਡੀ ਸਾਈਡ ਤੇ ਕਰ ਲਓ, ਗੱਡੀ ਰੋਡ ਦੇ ਵਿੱਚ ਲੱਗੀ ਹੋਈ ਹੈ। ਇਹ ਦਰਿਆ ਹੈ, ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ, ਲੋਕਾਂ ਨੇ ਦੂਰ ਦੂਰ ਘਰਾਂ ਨੂੰ ਜਾਣਾ ਹੈ, ਪਲੀਜ਼ ਜਲਦੀ ਆ ਜਾਓ। ਇੱਕ ਕੁਸ਼ਤੀ ਚੱਲਦੀ ਪਈ, ਮੈਂ 3-3 ਕੁਸ਼ਤੀਆਂ ਰੱਖਣਾ ਚਾਹੁੰਦਾ ਖੜੇ ਹਾਂਜੀ। ਅੰਗਰੇਜ਼ ਤੋਂ ਜਿਹੜੀ ਹਾਂਜੀ, 100 ਰੁਪਏ ਦਾ ਮਾਨ ਸਾਡੇ ਫਿਕਰ ਭਾਜੀ ਬੁੰਗਲ ਤੋਂ, ਜਿਹਨਾਂ ਨੇ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਸਾਨੂੰ 100 ਰੁਪਏ ਦਾ ਮਾਨ ਬਖਸ਼ਿਆ, ਮੈਂ ਧੰਨਵਾਦ ਕਰਦਾ। ਫਿਕਰ ਭਾਈ ਜੀ ਹੋਣਾ ਦਾ ਬਹੁਤ ਵੱਡਾ ਯੋਗਦਾਨ, ਆਪਣੇ ਕੀਮਤੀ ਖਜ਼ਾਨੇ ਵਿੱਚੋਂ ਸਾਨੂੰ 100 ਰੁਪਏ ਦਾ ਬਖਸ਼ਿਆ ਹੈ। ਮੇਰਾ ਲੱਖ ਦਾਦਾ ਵੀਰ ਉਹਨੇ ਘਰ ਦੇ ਵਿੱਚ ਵਾਧੇ ਦਿਵਾਗ ਢੋਲੀ, 100 ਰੁਪਏ ਦਾ ਮਾਨ ਵੱਡਾ ਅੰਕੂ ਲੱਕੀ ਪਹਿਲਵਾਨ, ਛੋਟਾ ਅੰਕੂ ਤੇ ਰਾਹੁਲ ਪਹਿਲਵਾਨ ਵੱਲੋਂ ਸਾਨੂੰ ਬਖਸ਼ਿਆ ਗਿਆ, ਚਾਰਾਂ ਭਾਈਆਂ ਵੱਲੋਂ ਮੈਂ ਧੰਨਵਾਦ ਕਰਦਾ। ਇਹਨਾਂ ਭਲਵਾਨ ਵੀਰਾਂ ਦਾ, ਖਿਡਾਰੀ ਵੀਰਾਂ ਦਾ, ਜਿਹਨਾਂ ਨੇ ਸਾਨੂੰ 100 ਰੁਪਏ ਦਾ ਮਾਨ ਨਹੀਂ ਕਹਿੰਦੇ, ਪੂਰੇ ਲੱਖ ਰੁਪਏ ਦਾ ਮਾਨ ਆਪਣੀ ਕਮਾਈ ਦੇ ਵਿੱਚੋਂ ਬਖਸ਼ਿਆ, ਮੈਂ ਧੰਨਵਾਦ ਕਰਦਾ।
ਇਹਨਾਂ ਪਹਿਲਵਾਨ ਵੀਰਾਂ ਦਾ ਚੱਲ ਬਿਠੋ ਲੀਸਾ ਯੋਗਦਾਨ ਇਹਨਾਂ ਦੇ ਨਾਲ ਇੱਕ ਯਾਦਗਾਰੀ ਫੋਟੋ
ਅਰਪਣ ਜੀ, ਅਰੁਣ ਜੀ, ਜੱਸਾ ਭਾਜੀ, ਗਵਰਾ ਸਾਹਿਬ, ਸਾਰੀ ਦੀ ਸਾਰੀ ਟੀਮ, ਨਸੀਬੋ ਜੀ, ਨਸੀਬ ਸਿੰਘ ਜੀ, ਭਾਜੀ ਗੱਡੀ ਸੈਂਡ ਤੇ ਕਰ ਲਓ ਮੇਰਾ ਵੀਰ ਐਚ ਪੀ 48 11 16 I-20 ਗੱਡੀ ਰੋਡ ਦੇ ਵਿੱਚ ਲੱਗੀ ਹੈ ਐਚ ਪੀ 48 11 16 ਹੈਲੋ ਅੰਗਰੇਜ਼ੀ ਇੱਧਰ ਆ ਜਾਓ ਆਪਣੀ ਸਾਰੀ ਯੰਗ ਟੀਮ ਇੱਕ ਯਾਦਗਾਰੀ ਫੋਟੋ ਰੈਫਰੀ ਸਾਹਿਬ ਕੁਸ਼ਤੀ ਦਾ ਧਿਆਨ ਰੱਖੋ ਰੈਫਰੀ ਕੁਸ਼ਤੀ ਦਾ ਪੂਰਾ ਧਿਆਨ ਰੱਖਣ ਦੇ ਲੈ ਵੀ ਜੀਦਾਰੀ ਦੀਆਂ ਗੱਲਾਂ ਮੈਦਾਨ ਦੇ ਵਿੱਚ ਕਹਿੰਦੇ ਕੀ ਕਰਨਗੀਆਂ ਹੁਣ ਤਿਆਰੀਆਂ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਾਂਗਾ ਸਟੇਜ ਦੇ ਸਾਹਮਣੇ ਬਿਲਕੁਲ ਸਾਹਮਣੇ ਜਿਹੜੀ ਜਗ੍ਹਾ ਖਾਲੀ ਹੈ ਰਸਤਾ ਪਲੀਜ਼ ਥੋੜ੍ਹਾ ਛੱਡ ਦਿਓ ਐਸ ਐਚ ਓ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਸਾਹਿਬ ਜੀ ਦਾ ਹੈਲੋ ਹੈਲੋ ਗੁੰਗੇ ਸਾਹਿਬ